ਅਸਲਾਮ ਵਾਲੇਕੁਮ ਜੀ ਮੇਰੇ ਸੱਜਣੋ ਮਿੱਤਰੋ ਅਤੇ ਬੇਲੀਓ, ਕੀ ਹਾਲ ਚਾਲ ਹੈ ਸਾਰਿਆਂ ਦਾ? ਅੱਲਾਹ ਤਾਲਾ ਦੀ ਦਾਤ ਮੇਰੇ ਸਾਰੇ ਦੋਸਤਾਂ ਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ। ਇਹ ਅਸੀਂ ਅੱਜ ਤੁਹਾਡੇ ਸਾਹਮਣੇ ਰੈਫਲ ਲੈ ਕੇ ਆਏ ਜੀ। ਇਸ ਰੈਫਲ ਨੂੰ ਖੋਲ੍ਹ ਕੇ ਸਾਰੀ ਸਫਾਈ ਕਰਾਂਗੇ, ਸਾਰਾ ਤਰੀਕਾ ਕਾਰਨ ਦਾ ਤੁਹਾਨੂੰ ਦੱਸਾਂਗੇ। ਇਹ ਰਾਈਫਲ ਦੀ ਆਪਾਂ ਪੱਟੀ ਪੁੱਟੀ ਖੋਲ੍ਹ ਕੇ ਬੁਲਟ ਸਾਰੇ ਇਹਦੇ ਬਾਹਰ ਕੱਢ ਦਿੱਤੇ ਨੇ, ਔਰ ਇਹ ਬੁਲਟ ਜਦੋਂ ਐਂਡ 'ਤੇ ਆਉਂਦਾ ਕਿਸੇ ਵੇਲੇ ਸਹੀ ਨਿਕਲਦਾ ਨਹੀਂ, ਥੋੜ੍ਹਾ ਜਿਹਾ ਇਹਨੂੰ ਲਾ ਲੂ ਕੇ ਕੱਢਣਾ ਪੈਂਦਾ ਜੀ। ਸਪਰੇਅ ਜਿਹੜਾ ਵੀ ਲੈਣਾ, ਇੱਕ ਨੰਬਰ ਲੈਣਾ, WD-40 ਲੈ ਲਵੋ ਚਾਹੇ ਕੋਈ ਹੋਰ ਲੈ ਲਵੋ, ਲੇਕਿਨ ਕੋਸ਼ਿਸ਼ ਕਰਨੀ ਸਪਰੇਅ ਇੱਕ ਨੰਬਰ ਹੋਏ, ਦੋ ਨੰਬਰ ਨਾ ਹੋਏ। ਇਹਨੂੰ ਸਭ ਤੋਂ ਪਹਿਲੇ ਸਾਰੀ ਰਾਈਫਲ ਨੂੰ ਤੁਸੀਂ ਖੋਲ੍ਹ ਲੈਣਾ, ਖੋਲ੍ਹ ਕੇ ਉਸ ਤੋਂ ਬਾਅਦ ਇਹਨੂੰ WD-40 ਆਇਲ ਨਾਲ ਤੁਸੀਂ ਸਾਫ਼ ਕਰਨਾ ਹੈ। ਸਪਰੇਅ ਚੰਗੀ ਤਰ੍ਹਾਂ ਮਾਰੋਗੇ, ਜਿੰਨਾ ਕਚਰਾ ਰਾਈਫਲ ਦੇ ਅੰਦਰ ਹੋਏਗਾ ਉਹ ਸਾਰਾ ਬਾਹਰ ਨਿਕਲ ਜਾਏਗਾ। ਇਹ ਅਸੀਂ ਤੁਹਾਨੂੰ ਸਪਰੇਅ ਮਾਰ ਕੇ ਦਿਖਾਉਂਦੇ ਹਾਂ, ਤੁਸੀਂ ਇਹਨੂੰ ਵੇਖਣਾ ਹੈ ਕਿ ਸਪਰੇਅ ਕਿਵੇਂ ਕਿਵੇਂ ਮਾਰਨੇ ਆ। ਸਪਰੇਅ ਮਾਰਨ ਲੱਗਿਆ ਕੰਜੂਸੀ ਨਹੀਂ ਕਰਨੀ, WD-40 ਸਪਰੇਅ ਚੰਗੇ ਤਰੀਕੇ ਨਾਲ ਤਸੱਲੀ ਨਾਲ ਮਾਰਨਾ ਤੁਸੀਂ ਇਹਨੂੰ, ਕਿ ਇਹਦੇ ਵਿੱਚੋਂ ਜਿੰਨਾ ਕਚਰਾ ਹੈ ਸਾਰਾ ਕਚਰਾ ਬਾਹਰ ਨਿਕਲਣਾ ਚਾਹੀਦਾ ਹੈ। ਤੁਸੀਂ ਜਿਸਲੇ ਇਹਨੂੰ ਅੱਛੇ ਤਰੀਕੇ ਨਾਲ ਸਪਰੇਅ ਮਾਰ ਦਿਓਗੇ, ਕੋਸ਼ਿਸ਼ ਕਰੋ ਕਿ ਤੁਸੀਂ ਇਹਨੂੰ ਧੁੱਪੇ ਰੱਖ ਦਿਓ ਕੁਛ ਟਾਈਮ ਵਾਸਤੇ। ਉਹਦੇ ਨਾਲ ਕੀ ਹੋਏਗਾ ਕਿ ਜਿਹੜਾ ਕਚਰਾ ਜੰਮਿਆ ਹੋਇਆ ਨਾ, ਉਹ ਵੀ ਕਚਰਾ ਇਹਦਾ ਬਾਹਰ ਨਿਕਲ ਆਏਗਾ। ਇਹ ਰਾਈਫਲ ਨੂੰ ਦੇਖੋ, ਅਸੀਂ ਬਾਹਰੋਂ ਵੀ ਸਪਰੇਅ ਮਾਰ ਰਹੇ ਹਾਂ, ਇਹਦੇ ਅੰਦਰ ਵੀ ਸਾਰੇ ਸਪਰੇਅ ਮਾਰਾਂਗੇ, ਇਹਦੀ ਬੈਰਲ ਦੇ ਵਿੱਚ, ਇਹਦੇ ਬਾਹਰ, ਸਾਰੇ ਚੰਗੀ ਤਰ੍ਹਾਂ ਤਸੱਲੀ ਨਾਲ ਸਪਰੇਅ ਮਾਰਨਾ ਹੈ। ਇਹ ਬੇਸਿਕਲੀ ਰਾਈਫਲ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਵੇ ਕਿ ਜਿਹੜੇ ਨੇ ਜਮੀਲ ਟਵਾਣਾ ਸਾਹਿਬ ਅਤੇ ਚੋਰੀ ਤੁਸੀਫ ਹੈਦਰ, ਇਹ ਉਹਨਾਂ ਨੂੰ ਸਫਾਈ ਦਾ ਹਵਾਲੇ ਸਿਖਾਉਣ ਲੱਗੇ ਹਾਂ। ਇਹ ਸਫਾਈ ਵੀ ਚੰਗੇ ਤਰੀਕੇ ਨਾਲ ਨਹੀਂ ਕਰਦੇ, ਮੂੰਹ ਅਵਰੇ ਸਵੇਰੇ ਕਿਵੇਂ ਧੋ ਕੇ ਆ ਜਾਂਦੇ ਨੇ। ਅਤੇ ਇਹ ਜਨਾਬ ਸਪਰੇਅ ਵੱਜ ਰਹੀ ਸਾਰੀ ਰਾਈਫਲ ਨੂੰ, ਔਰ ਇਹ ਰਾਈਫਲ ਦੀ ਸਫਾਈ ਹੋਏਗੀ। ਇਹਨੂੰ ਰਾਈਫਲ ਨੂੰ ਅੱਛੇ ਤਰੀਕੇ ਨਾਲ ਸਾਰੀ ਨੂੰ, ਅਗਰ ਤੁਹਾਨੂੰ ਉਤਲੀਆਂ ਫੱਟੀਆਂ ਖੋਲ੍ਹਣ ਦਾ ਵਾਲੇ ਉਹ ਵੀ ਖੋਲ੍ਹ ਲੈਣਾ, ਖੋਲ੍ਹ ਕੇ ਇਹਨੂੰ ਚੰਗੇ ਤਰੀਕੇ ਨਾਲ ਸਾਰੀ ਨੂੰ। ਇਹ ਛੋਟਾ ਬੁਲਟ ਲੈ ਲਓ, ਛੋਟੇ ਬੁਲਟ ਨੂੰ ਸਪਰੇਅ ਮਾਰ ਲਵੋ, ਵੱਡੇ ਬੁਲਟ ਨੂੰ, ਛੋਟੇ ਬੁਲਟ ਨੂੰ, ਸਪਰਿੰਗ ਨੂੰ ਅੱਛੇ ਤਰੀਕੇ ਨਾਲ ਸਾਰੇ ਨਾਲ। ਇਹ ਬੇਸਿਕਲੀ ਖੁਸ਼ਕ ਆਇਲ ਹੁੰਦਾ ਜਿਹੜਾ WD-40 ਸਪਰੇਅ ਵੇ ਨਾ, ਇਹ ਖੁਸ਼ਕ ਆਇਲ। ਮੈਗਜ਼ੀਨ ਨੂੰ ਅੱਛੇ ਤਰੀਕੇ ਨਾਲ ਸਾਰੀ ਨੂੰ ਮਾਰੋ, ਅਗਰ ਮੈਗਜ਼ੀਨ ਤੁਸੀਂ ਖੋਲ੍ਹ ਸਕਦੇ ਜੇ, ਖੋਲ੍ਹ ਕੇ ਦੁਬਾਰਾ ਬੰਦ ਕਰ ਸਕਦੇ ਜੇ, ਫਿਰ ਮੈਗਜ਼ੀਨ ਖੋਲ੍ਹ ਲਵੋ। ਅਗਰ ਤੁਸੀਂ ਖੋਲ੍ਹ ਨਹੀਂ ਸਕਦੇ, ਬੰਦ ਨਹੀਂ ਕਰ ਸਕਦੇ, ਤਾਂ ਉਹਨੂੰ ਖੋਲ੍ਹ ਨਹੀਂ, ਕਈ ਦਫ਼ਾ ਬੰਦ ਨਹੀਂ ਸਹੀ ਤਰੀਕੇ ਨਾਲ ਹੁੰਦੀ। ਇਹ ਬਈ ਆਪਾਂ ਸਪਰਿੰਗ ਦੇ ਉੱਤੇ ਜਿਹੜਾ ਨਾ ਸਾਰਾ ਸਪਰੇਅ ਮਾਰਨੇ ਪਏ ਹਾਂ ਅੱਛੇ ਤਰੀਕੇ ਨਾਲ। ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਹੈ ਕਿ ਸਪਰੇਅ ਮਾਰਨ ਲੱਗਿਆਂ ਕੰਜੂਸੀ ਨਹੀਂ ਕਰਨੀ, ਸਪਰੇਅ ਮਾਰਨਾ ਚੰਗੇ ਤਰੀਕੇ ਨਾਲ ਸਾਰੇ ਨੂੰ, ਕਿ ਇੱਕ ਵਾਰੀ ਸਾਰਾ ਧੋਤਾ ਜਾਵੇ ਤਸੱਲੀ ਦੇ ਨਾਲ, ਜਿੱਥੇ ਜਿੱਥੇ ਇਹਦੇ ਰੰਗ ਲੱਗ ਸਕਦਾ ਹੈ ਜਾਂ ਇਹਦੇ ਚੱਲਣ ਦੀ ਵਜ੍ਹਾ ਤੋਂ ਅੰਦਰ ਵਾਲਾ ਇਹਦਾ ਬੁਲਟ ਦਾ ਜਿਹੜਾ ਅਗਲਾ ਹਿੱਸਾ ਹੁੰਦਾ ਨਾ, ਉਹ ਕਾਲਾ ਹੋ ਜਾਂਦਾ ਗੋਲੀਆਂ ਚੱਲ ਚੱਲ ਕੇ, ਅਤੇ ਤੁਸੀਂ ਅਗਰ ਉਹਨੂੰ ਸਪਰੇਅ ਮਾਰੋਗੇ, ਉਹਦੇ ਨਾਲ ਸਪਰੇਅ ਮਾਰ ਕੇ ਸਾਫ਼ ਕੀਤੀ ਰੱਖੋਗੇ, ਤਾਂ ਫਿਰ ਉਹ ਕਾਲਾ ਨਹੀਂ ਹੋਵੇਗਾ। ਠੀਕ ਹੈ, ਇਹਦੇ ਜਿਹੜਾ ਆਪਣਾ ਜਿੱਥੋਂ ਇਹਦਾ ਫੋਲਡ ਹੁੰਦਾ ਹੈ ਪਿਛਲਾ ਸਟੈਂਡ, ਇਹਦੇ ਸਟੈਂਡ ਦੇ ਵਿੱਚ ਔਰ ਇਹਦੀ ਬੈਰਲ ਦੇ ਵਿੱਚ ਅੱਛੇ ਤਰੀਕੇ ਨਾਲ, ਇਹਦਾ ਜਿਹੜਾ ਗੈਸ ਸਿਲੰਡਰ ਹੈ ਉਹਦੇ ਨਾਲ ਸੁਰਾਖ ਹੁੰਦੇ ਨੇ ਛੋਟੇ, ਉਹਨਾਂ ਸੁਰਾਖਾਂ ਤਾਂ ਨਹੀਂ ਸਪਰੇਅ ਮਾਰ ਲਵੋ, ਅਤੇ ਇਹ ਤੁਹਾਨੂੰ ਜਿਹੜਾ ਨਾ ਉਹ ਬਿਹਤਰੀਨ ਤਰੀਕੇ ਨਾਲ। ਐਸੀ ਤਾਂ ਇਹਨੂੰ ਸਾਫ਼ ਕਰਨ ਲੱਗੇ ਹਾਂ ਹੁਣ ਵੈਸੇ ਹੀ ਟਾਕੀ ਮਾਰ ਕੇ, ਲੇਕਿਨ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਇਹਨੂੰ 15-20 ਮਿੰਟ ਤੁਸੀਂ ਧੁੱਪੇ ਵੀ ਰੱਖ ਸਕੋ। ਧੁੱਪੇ ਰੱਖਣ ਨਾਲ ਕੀ ਹੋਏਗਾ, ਜਿਹੜਾ ਕਚਰਾ, ਜਿਹੜਾ ਜੰਗ, ਜਿਹੜਾ ਇਹਦੇ ਉੱਪਰ ਕੋ ਮੈਲ ਕਚੈਲ ਜੰਮੀ ਹੋਈ ਹੋਵੇਗੀ,
ਉਹ ਸਾਰੀ ਜਿਸ ਤਰ੍ਹਾਂ ਉਬਲ ਜਾਂਦੀ ਹੈ ਨਾ ਇਸ ਤਰ੍ਹਾਂ ਉਬਲ ਜਾਏਗੀ ਜਦੋਂ ਤੁਸੀਂ 15 ਕੁ ਮਿੰਟਾਂ ਨੂੰ ਧੁੱਪੇ ਰੱਖ ਲਵੋਗੇ। ਅਤੇ ਇਹ ਜਿਹੜਾ ਨਾ ਆਪਣਾ ਇਹਦੀ ਸਫਾਈ ਇਹ ਤੁਹਾਨੂੰ ਅੱਜ ਕਰਨ ਦਾ ਮਕਸਦ ਇਹ ਸੀ ਕਿ ਬਹੁਤ ਸਾਰੇ ਦੋਸਤ ਸਾਡੇ ਕਹਿੰਦੇ ਸੀ ਕਿ ਸਾਨੂੰ ਤੁਸੀਂ ਰੈਫਲ ਆਪ ਸਾਫ਼ ਕਰਕੇ ਦਿਖਾਓ, ਰੈਫਲ ਦੀ ਸਫਾਈ ਦੇ ਉੱਪਰ ਇੱਕ ਵੀਡੀਓ ਬਣਾਓ ਤਾਂ ਕਿ ਜਿਹੜੇ ਦੋਸਤ ਰੈਫਲਾਂ ਖਰੀਦ ਰਹੇ ਨੇ ਅਤੇ ਉਹਨਾਂ ਨੂੰ ਪਤਾ ਹੋਏ ਅਸੀਂ ਰੈਫਲ ਜਿਹੜੀ ਹੈ ਨਾ ਉਹ ਕਿਵੇਂ ਸਾਫ਼ ਕਰਨੀ ਹੈ। ਆਪਾਂ ਹੁਣ 223 ਬੋਰ M4 ਦੇ ਉੱਤੇ ਵੀ ਇਹੋ ਜਿਹੀ ਵੀਡੀਓ ਇੱਕ ਪਾਵਾਂਗੇ। ਇਹ ਤੁਹਾਨੂੰ ਬੁਰਸ਼ ਦਿਖਾਇਆ, ਇਹ ਬੁਰਸ਼ ਨਾਲ ਸਫਾਈ ਸਹੀ ਨਹੀਂ ਹੁੰਦੀ। ਮਾਰ ਕੇ ਦਿਖਾਉਣ ਦਾ ਮਕਸਦ ਇਹ ਸੀ ਕਿ ਤੁਹਾਨੂੰ ਪਤਾ ਚੱਲ ਸਕੇ ਜਿਹੜਾ ਰਾਡ ਹੈ, ਰਾਡ ਦੇ ਅੱਗੇ ਥੋੜ੍ਹਾ ਜਿਹਾ ਕੱਪੜਾ ਲਗਾਓ, ਕੱਪੜਾ ਲਗਾ ਕੇ ਉਹਨੂੰ ਅੱਛੇ ਤਰੀਕੇ ਨਾਲ ਬੈਰਲ ਦੇ ਵਿੱਚ ਮਾਰੋਗੇ ਤਾਂ ਬੈਰਲ ਸਹੀ ਤਰੀਕੇ ਨਾਲ ਸਾਫ਼ ਹੋਵੇਗੀ। ਰਾਡ ਦੇ ਵਿੱਚ ਅਗਰ ਕੱਪੜਾ ਤੁਸੀਂ ਥੋੜ੍ਹਾ ਜਿਹਾ ਮੋਟਾ ਪਾ ਲਿਆ, ਕੱਪੜਾ ਫਸ ਗਿਆ ਤਾਂ ਫਿਰ ਉਹ ਦੁਬਾਰਾ ਕੱਢਣਾ ਬਹੁਤ ਮੁਸ਼ਕਲ ਹੁੰਦਾ, ਠੀਕ ਹੈ। ਇਹ ਬੈਰਲ ਦੇ ਉੱਪਰ ਵਾਲੇ ਹਿੱਸੇ ਦੇ ਵਿੱਚ ਵੱਜਦਾ ਪਿਆ, ਬੇਸਿਕਲੀ ਬੈਰਲ ਦਾ ਜਿਹੜਾ ਉਤਲਾ ਹਿੱਸਾ ਨਾ ਉਹ ਦੇਖੋ ਕਿੰਨਾ ਕਚਰਾ ਉਹਦੇ ਵਿੱਚੋਂ ਨਿਕਲਿਆ, ਬੈਰਲ ਦੇ ਉੱਤੇ ਵਾਲੇ ਹਿੱਸੇ ਦੇ ਵਿੱਚ ਬੇਸਿਕਲੀ ਅਸੀਂ ਮਾਰਨੇ ਪਏ ਹਾਂ। ਲਓ ਜੀ, ਉਸ ਤੋਂ ਬਾਅਦ ਰਾਈਫਲ ਸਾਰੀ ਨੂੰ ਚੰਗੀ ਤਰ੍ਹਾਂ ਤੁਸੀਂ ਕੱਪੜਾ ਮਾਰਨਾ, ਕੱਪੜਾ ਮਾਰ ਕੇ ਸਾਫ਼ ਕਰਨਾ। ਤੁਸੀਂ ਹਮੇਸ਼ਾ ਰਾਈਫਲ ਸਾਫ਼ ਕਰਨ ਵਾਸਤੇ ਨਵਾਂ ਸਾਫ਼ ਸੁਥਰਾ ਕੱਪੜਾ ਇਸਤੇਮਾਲ ਕਰਨਾ। ਮੈਂ ਇੱਥੇ ਦੇਖਿਆ ਇਹ ਬਹੁਤ ਸਾਰੇ ਸਾਡੇ ਮਿਸਤਰੀ ਭਰਾ ਜਿਹੜੇ ਨੇ ਜਮੀਲ ਟਵਾਣਾ ਸਾਹਿਬ ਵੀ ਪੁਰਾਣੇ ਕੱਪੜੇ ਇਸਤੇਮਾਲ ਕਰਦੇ ਨੇ। ਨਵਾਂ ਬਿਲਕੁਲ ਬ੍ਰੈਂਡ ਨਿਊ ਕੱਪੜਾ ਮੋਟਰਸਾਈਕਲਾਂ ਵਾਲਾ 20-30-50 ਰੁਪਏ ਦਾ ਲੱਭ ਜਾਂਦਾ ਹੈ। ਉਹ ਕੱਪੜਾ ਬਿਹਤਰੀਨ ਸਫਾਈ ਕਰ ਦਿੰਦਾ, ਉਹਦੇ ਨਾਲ ਜਿੰਨਾ ਕਚਰਾ ਹੈ ਸਾਰਾ ਸਾਫ਼ ਹੋ ਜਾਏਗਾ। ਜਿਹੜਾ ਗੰਦਾ ਕੱਪੜਾ ਇਸਤੇਮਾਲ ਕਰੋਗੇ ਉਹ ਤਾਂ ਆਪ ਜਿਹੜਾ ਨਾ ਗੰਦਾ ਹੈ ਅਤੇ ਉਹਨੇ ਕੀ ਉਹਨੂੰ ਸਾਫ਼ ਕਰਨਾ। ਅੱਛੇ ਤਰੀਕੇ ਨਾਲ ਤੁਸੀਂ ਇਹਦੇ ਸਪਰਿੰਗ ਨੂੰ, ਇਹਦੀ ਫੱਟੀ ਨੂੰ, ਇਹਦੇ ਬੁਲਟ, ਵੱਡੇ ਛੋਟੇ ਬੁਲਟ ਦੋਵਾਂ ਨੂੰ ਅੱਛੇ ਤਰੀਕੇ ਨਾਲ ਤੁਸੀਂ ਜਿਹਨਾਂ ਨਾਲ ਸਾਫ਼ ਕਰਨਾ। ਜਿਸਲੇ ਤੁਸੀਂ ਸਪਰੇਅ ਮਾਰਨਾ ਨਾ ਉਸਲੇ ਤੁਸੀਂ ਛੋਟਾ ਬੁਲਟ ਫੜ ਕੇ ਉਹਦੀ ਜਿਸ ਸਾਈਡ 'ਤੇ ਫਾਇਰ ਪੈਨ ਨੇ ਉਧਰੋਂ ਦੀ ਸਪਰੇਅ ਮਾਰੋਗੇ, ਉਹ ਦੂਸਰੀ ਸਾਈਡ ਤੋਂ ਸਪਰੇਅ ਜਿਹੜਾ ਨਾ ਨਿਕਲ ਜਾਏਗਾ। ਉਹਦੇ ਵਿੱਚ ਜਿਹੜਾ ਕਚਰਾ ਹੋਏਗਾ, ਅਗਰ ਉਹਦੇ 'ਚ ਮਾੜਾ ਚੰਗਾ ਜ਼ੰਗ ਲੱਗਾ ਹੋਇਆ ਹੋਏਗਾ ਉਹ ਵੀ ਉਹਦੇ ਵਿੱਚੋਂ ਜਿਹੜਾ ਨਾ ਉਹ ਸਾਫ਼ ਹੋ ਜਾਏਗਾ। ਲਓ ਜੀ, ਇਹ ਤੁਹਾਡੇ ਸਾਹਮਣੇ ਅਸੀਂ ਸਾਰੀ ਰਾਈਫਲ ਨੂੰ ਪਹਿਲੇ WD-40 ਆਇਲ ਨਾਲ ਧੋਤਾ ਹੈ, ਉਸ ਤੋਂ ਬਾਅਦ ਅਸੀਂ ਹੁਣ ਜਿਹੜਾ ਨਾ ਇਹਨੂੰ ਸਾਰੇ ਨੂੰ ਚੰਗੇ ਤਰੀਕੇ ਨਾਲ ਸਾਫ਼ ਕਰ ਰਹੇ ਹਾਂ। ਇਹ ਜਿੰਨੇ ਟਾਈਮ ਦੀ ਵੀਡੀਓ ਬਣਾਈ ਹੈ, ਅਗਰ ਸਹੀ ਤਰੀਕੇ ਨਾਲ ਬਣਾਈ ਜਾਂਦੀ ਤਾਂ ਇਹ ਵੀਡੀਓ ਕਾਫੀ ਲੰਮੀ ਹੋ ਜਾਣੀ ਸੀ, ਲੇਕਿਨ ਅਸੀਂ ਜਿਹੜਾ ਨਾ ਤੁਹਾਡੀ ਸਹੂਲਤ ਵਾਸਤੇ ਵਿੱਚੋਂ ਵੀਡੀਓ ਦੀ ਸਪੀਡ ਵੀ ਵਧਾਈਏ ਕਿ ਤੁਸੀਂ ਬੋਰ ਵੀ ਨਾ ਹੋਵੋ, ਅਤੇ ਇਹਦਾ ਤੁਹਾਨੂੰ ਮੁਕੰਮਲ ਤਰੀਕਾਕਾਰ ਵੀ ਦੱਸਿਆ ਹੈ ਕਿ ਤੁਸੀਂ ਜਿਹੜੀ ਸਫਾਈ ਕਰਨੀ ਹੈ ਨਾ ਅੱਛੇ ਤਰੀਕੇ ਨਾਲ ਸਾਰੀ ਕਰਨੀ ਹੈ, ਨੱਪ ਕੇ ਕੱਪੜਾ ਮਾਰਨਾ ਹੈ। ਉਸ ਤੋਂ ਬਾਅਦ ਜੀ ਹੁਣ ਅਸੀਂ ਰੈਫਲ ਜਿਹੜੀ ਹੈ ਉਹ ਤੁਹਾਨੂੰ ਬੰਦ ਕਰ ਦਿੰਦੇ ਹਾਂ। ਛੋਟਾ ਬੁਲਟ ਉਹਦੇ 'ਚ ਪਾ ਕੇ ਇਹਨੂੰ ਬੁਲਟ ਪਾ ਦਿੱਤਾ, ਉਸ ਤੋਂ ਬਾਅਦ ਇਹਦਾ ਸਪਰਿੰਗ ਪਾ ਕੇ, ਉਸ ਤੋਂ ਬਾਅਦ ਇਹਦੀ ਜਿਹੜੀ ਨਾ ਉੱਪਰ ਵਾਲੀ ਪੱਟੀ ਲਗਾ ਦਿੱਤੀ। ਇਹ ਦੇਖੋ ਜ਼ਰਾ ਰਾਈਫਲ ਤੁਹਾਨੂੰ ਕੈਸੀ ਮਹਿਸੂਸ ਹੋ ਰਹੀ ਹੈ। ਸਾਫ਼ ਕਰਨ ਤੋਂ ਪਹਿਲੇ ਵੀ ਤੁਹਾਡੇ ਸਾਹਮਣੇ ਸੀ ਔਰ ਇਹਦੀ ਸਫਾਈ ਹੋ ਗਈ ਹੈ। ਹੁਣ ਤੁਸੀਂ ਕੀ ਮਹਿਸੂਸ ਕਰ ਰਹੇ ਜੇ, ਤੁਹਾਨੂੰ ਰੈਫਲ ਕਿਸ ਤਰ੍ਹਾਂ ਦੀ ਲੱਗਦੀ ਪਈ ਹੈ, ਕਮੈਂਟ ਬੋਕਸ ਦੇ ਵਿੱਚ ਆ ਕੇ ਦੱਸ। ਪਾਕਿਸਤਾਨ ਜ਼ਿੰਦਾਬਾਦ।